ਗੱਲਬਾਤ ਕਰਵਾਵਾਂਗੇ ਬਿਲਕੁਲ ਤਿਆਰੀਆਂ ਸਾਰੀਆਂ ਮੁਕੰਮਲ ਨੇ ਬਹੁਤ ਬੜਾ ਧੰਨਵਾਦ ਕਰਾਂਗੇ ਸਾਰੇ ਵੀਰਾਂ ਦਾ ਲਵੀ ਗ੍ਰਿਸ਼ੀ ਮਿਲ ਕੇ ਬਾਤਾਂ ਪਾਵਾਂਗੇ ਬਹੁਤ ਬੜਾ ਧੰਨਵਾਦ ਹੈ ਤੇਰਾ ਵੀ ਵੀਰਿਆ ਹੋਰ ਦੀਵਾਨ ਜੀ ਬੋਲਿੰਗ ਹੈ ਤੁਹਾਡੀ ਬੋਲਿੰਗ ਹੈ ਵੀਰੇ ਠੀਕ ਸੀ ਫੋਟੋ ਨਾ ਹਾਂ ਠੀਕ ਸੀ ਓਕੇ ਸੀ ਮੈਂ ਥੋੜਾ ਜਿਹਾ ਸੱਚ ਚਾਹਨਾ ਹੀ ਘੱਟ ਨਾ ਤਾਂ ਕਰਕੇ ਅਗੂ ਜ਼ਿਆਦਾ ਚਾਹੂੰਗਾ दूसरा कड़ा बारो अच्छा लस्सी है पहला मैच है बरे विशाल सोनी पहला मैच है सारे सही इधर आगे ना साफ हो तो क्या लाया आज हमें खिलानी है तू ले लेके आ क्या खाएगा बता जो मर्जी खिला दे ऐसे बंदा यार तूने जो तेरे को इतने पैसे मिले तू वहाँ क्या कर रहा था उन पैसों कहाँ तेरी एक फोटो खींची है वहाँ किसने डाली है कहाँ पर इससे तेरी शादी होनी तो समझे दुशहरे मेले में क्या कर रहा था शादी कराएगा नहीं वो रामलीला में क्या कर रहा था हाँ जी खड़ गए जी मैच की शुरुआत कराई आप बहुत तगड़ा मैच खेला जा रहा है एक बार नोट कर लो जी पांच ओवर तो पांच ही बॉलर लग रहे हैं बार वाला एक बॉलर जरा ओवर पा सकता है बार वाले दो एक जना जरा ओवर पा सकता ओपनिंग में एक बारला एक पिंड वाला आ सकता और कट्ठे जो नहीं आ सकते टीम नोट कर लड़ी है बहुत बड़ा धन्यवाद है बेट एरिया की राजधानी ने भी संभड़ा के बैठे आप और इस इलाके खेडों के तौर पर जाना जाता है कदे फुटबाल के चर्चे कदे कबड्डी के चर्चे कदे वालीबाल की गल है पर अज कासको का कहते गुलाब खड़े है इस धरती ने लैदर के भी टॉप टॉप के खिलाड़ी पैदा करके दिते विछड़े दी यादा ने ਆਇਓ
मेरे बॉलर ने दस दो रोहित 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 पहली बॉल से रिंकू आउट मत्था जुड़ी तो पता नहीं मेरे यार आऊगा कि नहीं आऊगा नहीं है नहीं लगता रोहित की बाला पै रही है मुंडा कहते यारी खुर तुझी धरती का उच्च लंबे कद वाला बाला पा रहा पहली बॉल से कहते रिंकू मोड़िया मुंडा मत्थे का पता नहीं मेरे यार मिसफील्ड और चार रन चार दो बाल तीन बाल पहला भैया लस्सी दहली रिंकू मान के आउट हो गया पहली बॉल पहली से आउट हो पहला चली जाता शॉट भाई छह रन समाप्ति है ते 22 स्कोर जो स्कोर बोर्ड से लग चुके हैं और परैण पिंड की टीम ने भी बैटिंग कर रही है एक पासे वेखा परैण पिंड वाला बूटा है दूजे पासे झात मारी है ਪਰ ਜਿਹੜਾ ਮੁੰਡਾ ਲਵੀ ਓਵਰ ਪਾਉਣ ਲਈ ਤਿਆਰ ਹੈ
ਆ ਮੁੰਡਾ ਕਹਿੰਦੇ ਸਾਹਮਣੇ ਔਰ ਮਲੇਰਕੋਟਲੇ ਜ਼ਿਲ੍ਹੇ ਵਿੱਚ ਜਲ ਕੇ ਆਇਆ ਇਹਦਾ ਦਹਲੀਜ ਪੈਂਦਾ ਹੈ ਔਰ ਵੇਖਾਂਗੇ ਸਾਹਮਣੇ ਜਹੀਦ ਖਾਨ ਤੇ ਪਿਆਰ ਦੇ ਨਾਲ ਦੋਨੇ ਲੱਸੀ ਲੱਸੀ ਕਹਿੰਦੀਆਂ ਮੇਰੇ ਵੀਰਾਂ ਜਿਹੜਾ ਮੁੰਡਾ ਕਹਿੰਦੇ ਬਾਲ ਪਾਉਣ ਲਈ ਤਿਆਰ ਬਰ ਤਿਆਰ ਹੈ ਔਰ ਵੇਖਾਂਗੇ ਮੁੰਡਾ ਖਾਨਾ ਹੈ ਜਿਹੜਾ ਬਾਲ ਪਾਉਣ ਲਈ ਤਿਆਰ ਹੈ ਪਰ ਬੂਟੇ ਨਾਲ ਵੀ ਪ੍ਰਾਣ ਪੈਂਦਾ ਗਵਾਣ ਪੈਂਦਾ ਮੁੰਡੇ ਦਾ ਜਿਹੜਾ ਕਹਿੰਦੇ ਆ ਇਲਾਕੇ ਦਾ ਮਾਣ ਹੈ ਪਹਿਲੇ ਵਿੱਚ ਬਾਈ ਆਇਆ ਦੂਸਰੇ ਗੁਰ ਦੀ ਪਹਿਲੀ ਵਾਰ ਬੂਟਾ 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 ਕਹਿੰਦੇ ਕਮਾਲ ਕਰਦਾ ਇੱਕ ਟੱਪੇ ਨਾਲ ਜਿਹੜੀ ਟੱਪ ਰਹੀ ਹੈ ਜਿਵੇਂ ਜੰਗ ਢਿੱਲੋਂ ਲਿਖਦਾ ਹੁੰਦਾ ਸੀ ਵੀ ਕਹਿੰਦੇ ਕੰਧ ਟੱਪ ਗਈ ਜੇ ਮਾਪਿਆਂ ਦੇ ਘਰ ਦੀ ਫਿਰ ਖੜ ਵੀ ਕਿਤੇ ਨੀ ਸੱਚ ਮੰਨੇ ਵੀ ਬੈਠ ਕੇ ਅਮਰੀਕਾ ਵਿੱਚ ਹੁੰਦੇ ਨਾ ਕੰਮ ਗਾਂਧੀ ਹੁਣੀ ਕਰ ਗਏ ਜੋ ਖੰਨੇ ਵੀ ਜੰਗਲਾਂ ਦੇ ਤਖ਼ਤ ਨੀ ਜਾਂਦੇ ਪਲਟੇ ਵੀ ਘੇਰ ਕੇ ਗੱਦੜਾ ਦੀ ਡਾਰ ਨੂੰ ਮੇਰੇ ਬੰਦੇ ਦੇ ਨੇ ਫੇਟੇ ਦੇਣਾ ਨਿਕਲ ਕੀ ਅੱਗ ਲਾਉਣੀ ਐਸੇ ਹਥਿਆਰ ਨੂੰ ਅਗਲੀ ਵਾਰ ਤੇ ਥੱਲੇ ਪ੍ਰਦੀਪ ਆ ਕਹਿੰਦੇ ਮੁੰਡਾ ਯਾਰੀ ਖੁਰਦ ਬੜਾ ਔਰ ਕਬੱਡੀ ਵਿਕਟ ਦਾ ਪਤਨ ਜਿਹੜਾ ਹੋ ਗਿਆ ਮੇਰੀ ਔਰ ਬੂਟਾ ਵੀ ਜਿਹੜਾ ਆਊਟ ਹੋ ਗਿਆ ਵਾਪਸ ਆ ਮਾਨਕੀ ਵਾਲਾ ਰਿੰਕੂ ਵੀ ਆਇਆ ਔਰ ਪਹਿਲੀਆਂ ਵਿੱਚ ਵਾਪਸ ਮੋੜਤਾ ਪਰ ਉਹ ਆ ਗਿਆ ਕਹਿੰਦੇ ਸਾਹਮਣੇ ਮੇਰੇ ਕੋਲ ਗੋਪੀ ਦਾ ਯਾਰ ਖੇਡਣ ਦਾ ਗੋਪੀ ਵਿਦੇਸ਼ਾਂ ਕੇ ਗਿਆ ਔਰ ਚਿੱਤ ਨਹੀਂ ਲੱਗਦਾ ਪਰ ਬੁਗਲੀ ਦਾ ਕਹਿੰਦੇ ਨਾਂ ਬਹੁਤ ਵੱਡਾ ਤੇ ਉਹ ਬਲਵਿੰਦਰ ਸਿੰਘ ਮਾਪਿਆਂ ਦਾ ਤੇ ਪਿਆਰ ਨਾਲ ਦੁਨੀਆ ਬੁਗਲੀ ਬੁਗਲੀ ਕਹਿੰਦੀ ਹੈ ਇਹ ਆ ਮੁੰਡਾ ਕਹਿੰਦੇ ਬੇਪਰ ਅੰਮ੍ਰਿਤਪਾਲ ਦੇ ਪਿੰਡਾਂ ਦਾ ਮੈਂ ਸਾਹਮਣੇ ਮੁੰਡਾ ਕਹਿੰਦੇ ਸਾਹਮਣੇ ਕਰ ਲਈ ਤਿਆਰ ਤੇ ਜਹੀਦ ਖਾਨ ਲੱਸੀ ਕਹਿੰਦੇ ਨੇ ਲੀਗ ਦਾ ਜਿਹੜਾ ਬਾਲਾ ਪਾਉਂਦਾ ਪਰ ਉਹਨੇ ਸਮਝਦਾਰੀ ਵਰਤੀ ਹੈ ਕਿਉਂਕਿ ਬਾਹਰ ਵਾਲਾ ਖਿਡਾਰੀ ਉਹਨਾਂ ਦਾ ਜਿਹੜਾ ਬਹੁਤ ਚੋਟੀ ਦਾ ਔਰ ਵੇਖਾਂਗੇ ਜੇ ਤਿੰਨ ਛੱਕੇ ਲਗਾਤਾਰ ਲਈ ਅਰਸ਼ ਮਾਰਦਾ ਚਾਹੇ ਬੁਗਲੀ ਤਿੰਨ ਛੱਕੇ ਲਗਾਤਾਰ ਮਾਰਦਾ ਅਮਨ ਕਾਰਜ ਤੇ ਦੀਪਕ ਮੱਲਣ ਸਾਡੇ ਭਰਾ ਨੇ ਜਿਹਨਾਂ ਵੱਲੋਂ 500 ਦੇ ਤਿਆਰਗੇ ਔਰ 500 ਦੇ ਮਾਰ ਕੀਤੇ ਜਾਣਗੇ ਆਹ ਮੁੰਡਾ ਲਾ ਵੀ ਰਾਏਕੋਟ ਤੋਂ ਮਲੇਰਕੋਟਲੇ ਨੂੰ ਜਾਈਏ ਰਾਹ ਵਿੱਚ ਲੋਕ ਬੱਦੀ ਪਿੰਡ ਆ ਜਿਹੜੇ ਪਿੰਡ ਦੇ ਬੇਅੰਤ ਹੋਣ ਦਾ ਨਾਮ ਵੱਡਾ ਹੈ ਜਿਵੇਂ ਧੂਰੀ ਵਾਲਾ ਕਹਿੰਦਾ ਹੋਣਾ ਬੇਅੰਤ ਬਾਈ ਆਹ ਮੁੰਡਾ ਜੀ ਕਹਿੰਦਾ ਗੋਰੀਆ ਮੇਮਾ ਬਾਲ ਦੇ ਉੱਪਰ ਦੇ ਫੋਟੋ ਲਾ ਕੇ ਰੱਖਦੀ ਹੈ ਤੇ ਉਹਦੇ ਪਿੰਡ ਦਾ ਹੈ ਉਹ ਪੇਵੀ ਨਾਲ ਲੱਗਿਆ ਜ਼ੋਰ ਪਰ ਇਹ ਟੈਟੂ ਕਹਿੰਦਾ ਕਬੱਡੀ ਵਿੱਚ ਵੀ ਵੱਡੇ ਵੱਡੇ ਖਿਡਾਰੀ ਪੈਦਾ ਹੋਏ ਨੇ ਕਦੇ ਇੰਦਰਜੀਤ ਕਲਸੀਆਂ ਦਲ ਦੇ ਚਰਚੇ ਹੋਏ ਔਰ ਇਸ ਇਲਾਕੇ ਵਾਲਾ ਵੀ ਨਾਂ ਹੋਇਆ ਕਦੇ ਭੂਪਾ ਖੁਰਦ ਦਾ ਖੇਡਿਆ ਕਦੇ ਕਠਾਲੇ ਵਾਲੇ ਦਾ ਨਾਂ ਚੱਲਿਆ ਕਦੇ ਕਹਿੰਦੇ ਗੌਰਵ ਚੀਮਾ ਸ਼ੇਰਗੜ੍ਹ ਚੀਮੇ ਦਾ ਨਾਂ ਵੱਡਾ ਹੋਇਆ ਉਸ ਇਲਾਕੇ ਵਿੱਚ ਉਹ ਵੀ ਮੁੰਡਾ ਕਦੇ ਚੱਲ ਕੇ ਆਇਆ ਪਰ ਸੋਰੀ ਬਾਲ ਵਾਹ ਇਹ ਲੱਸੀ ਇਹ ਲੱਸੀ ਹੈ ਇਹ ਦਹਿਲੀ ਦਾ ਮੁੰਡਾ ਖਾਨਾ ਦਾ ਵੀ ਅੱਲਾ ਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੇ ਵਿੱਚੋਂ ਵੀ ਅੱਲਾ ਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੇ ਵਿੱਚੋਂ ਇਹ ਵੀ ਵੱਡਿਆਂ ਵੱਡਿਆਂ ਨੂੰ ਬੰਦ ਕਰ ਦੇ ਕੰਮ ਰੱਖਦਾ ਲਵੀ ਆਹ ਮੁੰਡਾ ਵੀ ਵੱਡੇ ਵੱਡੇ ਖਿਡਾਰੀਆਂ ਨੂੰ ਖਿਡਾ ਰੋਕਣ ਦਾ ਕੰਮ ਰੱਖਦਾ ਪਰ ਲੋਕ ਬੱਦੀ ਵਾਲਿਆ ਤੇਰੇ ਇਲਾਕੇ ਦਾ ਯਾਰ ਵੀ ਇਹਨੂੰ ਛੱਕੇ ਮਾਰਨੇ ਪੈਣੇ ਆ ਇਹਨੂੰ ਛੱਕੇ ਮਾਰਨੇ ਪੈਣੇ ਆ ਔਰ ਵੇਖਾਂਗੇ ਸਾਹਮਣੇ ਮਿਸ ਵੀਰ ਹੈ ਪਰ ਸਕੋਰ ਜਿਹੜਾ ਇੱਕ ਹੀ ਰਿਹਾ ਉਹਨੇ ਔਰ ਇੱਕ ਸਕੋਰ ਜਿਹੜਾ ਆਹ ਬਾਲ ਤੇ ਆਉਂਦਾ ਇਹਦੇ ਨਾਲ ਓਵਰ ਸਮਾਪਤ ਵਾਲਾ ਵੀ 5 ਆਇਆਂ ਦੇ ਵਿੱਚ 6 ਆਇਆਂ ਦੇ ਵਿੱਚ ਔਰ ਵੇਖਾਂਗੇ ਜਿਹੜੇ 27 ਸਕੋਰ 28 ਬਣ ਗਿਆ ਲਵੇ ਔਰ ਓਵਰ 28 ਸਕੋਰ ਜਿਹੜੇ ਕਹਿੰਦੇ ਬਣ ਚੁੱਕੇ ਨੇ ਪ੍ਰਾਣ ਪਿੰਡ ਦੀ ਟੀਮ ਨੇ ਕਦੇ ਜੰਗ ਢਿੱਲੋਂ ਦੀ ਕਲਮ ਲਿਖਦੀ ਹੈ ਕਦੇ ਗੋਪੀ ਵਰਗੇ ਖਿਡਾਰੀ ਖੇਡੇ ਮੇਰੇ ਵੀਰੋ ਔਰ ਵੱਡਾ ਨਾਂ ਚੱਲਿਆ ਔਰ ਇਸੇ ਟੂਰਨਾਮੈਂਟ ਨੂੰ ਅਪਡੇਟ ਕੀਤਾ ਜਾ ਰਿਹਾ ਲੈਮਨ ਰੂਪਾ ਹੇੜੀ ਪੇਜ ਦੇ ਉੱਪਰ ਮੰਦਰ ਵਾਲਾ ਗਿੱਗੀ ਸਾਡਾ ਭਰਾ ਕੇ ਦਿਆ ਹੋਇਆ ਕਾਸਕੋ ਕ੍ਰਿਕਟ ਸੰਗਰੂਰ ਲੈਮਨ ਰੂਪਾ ਹੇੜੀ ਦੇ ਪੇਜ ਤੇ ਲਾਈਵ ਕੇ ਤੜਾ ਅਪਡੇਟ ਕੀਤੀ ਜਾ ਰਹੀ ਹੈ ਨਵੀਂ ਸੁਸ਼ੀਲ ਆ ਗਿਆ ਅਗਲਾ ਵਰ ਪਾਉਣ ਲਈ ਜਿਹੜੇ ਮੁੰਡੇ ਦਾ ਅਗਲਾ ਵਰ ਪਾਉਣਾ ਕਿੱਥੇ ਬੰਦਾ ਇੱਥੇ ਹਾਂ ਹਾਂ ਬੰਦ ਦਹੀਂ ਮਫਰਲ ਜਿਹਾ ਮਫਰਲ ਦਹੀਂ ਮਫਰਲ ਇੱਥੇ ਬੰਦ ਬੰਦੇ ਦਾ ਤੇ ਯਾਰ ਭਰਾ ਬਹੁਤ ਹੋਊਗਾ ਤੇਰੀਆਂ 500 ਚੀਜ਼ਾਂ ਨੂੰ ਤੁਸੀਂ ਹਥਿਆਰ ਬਣਾਉਂਦੇ ਲੈ ਵੀਰੇ ਸ਼ਾਟ ਉਹ 6 ਰਨ ਫਿਰ ਬਾਲਰ ਲੈ ਗਿਆ ਸੁਸ਼ੀਲ ਲੈ ਬੰਨੀ ਹੋਏ ਕਿੰਨੇ ਬੱਲੇ ਤੂੰ ਬੰਦ ਯਾਰ ਕਿੰਨੇ ਬੱਲੇ ਹੋਗੇ 2 ਬੱਲੇ ਹੋਏ ਨੇ ਬੰਨੀ ਪਲੀਜ਼ ਬ੍ਰੋ ਨਾਲੇ ਹੱਥ ਖੁੱਲ੍ਹ ਜਾਂਦੇ ਕਿਵੇਂ ਬੰਨੀ ਛੇ ਰਨ
ਕਵਰ ਕਰੀ ਸ਼ਾਮ ਮੈਂ ਜਿਹੜਾ ਹੈ ਹੁਣ ਆਵਰ ਦੱਸ ਕੀ ਕੋ ਸਾਦਾ ਬੱਲੀ ਪਹਿਲੀ ਡਾਟ ਆ ਸੁਸ਼ੀਲ ਦੀ ਸੁਸ਼ੀਲ ਬੋਲਰ ਆ ਦੋ ਛੱਕੇ ਆ ਗਏ ਤੀਜੀ ਬਾਲ ਤੇ ਵਾਈਡ ਆ ਗਏ ਛੱਕੇ ਕਿੱਥੇ ਆਏ ਉਹਨੇ ਚੌਥੀ ਹੈ ਇਹ ਕਿੱਧਰ ਮਾਰਿਆ ਪਿੱਛੇ ਇੱਕ ਡਬਲ ਤੇ ਮਾਰਿਆ ਪੂਰੀ ਵਰਸੇ ਜਾਂਦੇ ਆ शॉट छे रन पानी पुनी पिया देते पिंड दीवान आया बेरे संताली अज टीके मारू हे रवि मिलना रवि होना मैच अगला शॉट छे रन लेग साइड ते प्रदीप चार रन मैच लिस्ट मेरे यूट्यूब पे पा देने यूट्यूब पे पा देने पोस्ट छुट्टी हो गई अस्ट की नाट हो गए अर्श से बोन जाओगे दूजे रन आउट होया मेरा भाई था जीता
ਪੰਜਾ ਬੋਸ ਹੀ ਬੁਗਲੀ ਪੰਜਾ ਬੋਸ ਸੱਠ ਹੋ ਗਿਆ ਸੱਠ ਹੋ ਗਿਆ ਦੇਖ ਕਾਟ ਹੋ ਗਏ ਕਾਟ ਕਾਟੀ ਕਾਟ 61 ਕਾਟ ਕਾਟ ਗੁਰੇ ਸਕੋਰ ਬੋਲ ਦੇ ਕਰੀ ਕਿੱਥੇ ਬਾਈ ਹੌਂ ਰਿੰਗ ਚੱਲ ਰਿਹਾ ਜੀ ਇਹ ਕਾਟ ਹੋ ਗਏ ਕਾਟ ਕਾਟ ਹੋ ਗਏ ਵੀਰੇ ਕਾਟ ਕਾਟ ਹੋ ਗਏ ਬਾਲਰ ਨੇ ਕੀ ਇਹਦੀ ਵਣ ਰਸਲ ਰਸਲ ਮਸਲ ਰਸਲ ਰਸਲ ਗਿਆ ਸੂਰੀਆ ਓਏ ਬਸ ਯਾਰ ਲਾਸਟ ਰੋਲ ਗਿਆ ਸੂਰੀਆ ਬੋਲ ਪਾਈ ਇੱਦਾਂ ਤੂੰ ਦੇਖੇ ਓਏ ਜਿਹੜੇ ਟੂਰਨਾਮੈਂਟ ਨਹੀਂ ਹੋ ਕਰੇ ਨਾ ਉਹ ਜੇ ਅਸੀਂ ਦੇਖੀ ਦੇ ਖੇਲਣਾ ਕਰਾਂਗੇ ਕ੍ਰਿਕਟ ਇਹਨਾਂ ਵਾਲੀ ਇਹਦਾ ਨਾ ਕੈਚ ਆਊਟ ਇਹਦਾ ਨਾਮ ਸ਼ਾਇਦ ਪ੍ਰਦੀਪ ਆ ਜਿੱਥੇ ਪ੍ਰਦੀਪ ਹੀ ਆ ਪ੍ਰਦੀਪ ਆ ਤੁਸੀਂ ਕਿੱਥੇ ਖੇਲਦੇ ਕਿੱਥੇ ਸਟਾਰਟ ਹੋਏ ਨੇ ਸਟਾਰਟ ਹੋ ਗਏ ਵੀਰੇ ਸਟਾਰਟ ਲੈਗ ਦੀ ਨੋ ਨੀ ਆਈ ਕੋਈ ਵੀ ਡੋਟ ਆ ਨਾ ਡੋਟ ਤੁਸੀਂ ਗਏ ਹੁੰਦੇ ਹੋ ਨਾ ਹਾਂ ਤੇ ਜਿਹੜੇ ਕੰਮ ਕਰਦੇ ਹੋ ਹੈਲੋ ਬੱਲਾ ਦੀ ਬਗੈਰ ਕੋਈ ਬੋਟ ਬੱਲਾ ਵਾਈਡ ਔਰ ਵਿਕਟ ਜਿਹੜਾ ਵੀਰੇ ਸਾਡਾ ਆਪਰੇਟਰ ਨਹੀਂ ਲੱਗਦਾ ਮੈਨੂੰ ਹੈਗਾ ਹੈਲੋ ਹੈਲੋ ਲਗੀ ਤੇਰੇ ਤੇ ਕੋਈ ਸਕੋਰ ਦੱਸੀ ਕਿੰਨੇ ਹੋਏ ਆ ਲਗੀ 60 ਹੋ ਗਏ 60 ਹੋ ਗਏ 60 ਰਨ ਨੇ ਜੀ ਲਾਸਟ ਓਵਰ ਪਾ ਰਿਹਾ ਔਰ ਦੇਖਾਂਗੇ ਲਾਸਟ ਓਵਰ ਪਾਉਣ ਲਈ ਮੁੰਡਾ ਇਹ ਆਲੀ ਖੋਰ ਵਾਲਾ ਕਿਨੇ ਅੱਗੇ ਵਧਦਾ ਔਰ ਇਹਦੇ ਲਈ ਪਾਸੇ ਹੈਪੀ ਆ ਮੁੰਡਾ ਕਿਨੇ ਪ੍ਰਿਆਨ ਬੜਾ ਵੀ ਆਈ ਐਮ ਵੈਰੀ ਹੈਪੀ ਹੈਪੀ ਯੂ ਆਰ ਮੋਰ ਗਲੈਡ ਵਾਈ ਆਰ ਪੀਪਲ ਵਰਨਿੰਗ ਸੋ ਮਚ ਵੈਰੀ ਬੈਡ ਦੇਖਾਂਗੇ ਅੱਜ ਮੁੰਡੇ ਕਹਿੰਦੇ ਪ੍ਰਿਆਨ ਪਿੰਡ ਵਾਲੇ ਆ ਹੰਬਾ ਦੇ ਵਿੱਚ ਕਹਿੰਦੇ ਟੂਰਨਾਮੈਂਟ ਚੱਲ ਰਹੇ ਆ ਪੱਟੀਆਂ ਵਾਲਾ ਸੋਨੀ ਭਰਾ ਵੀ ਕਹਿੰਦੇ ਨਾਮ ਸਾਥ ਦੇ ਰਿਹਾ ਔਰ ਨਾਲ ਨੂਰਪੁਰ ਬੇੜ ਦੇ ਨਵੀ ਜੋਨੀ ਹੁਣ ਦਾ ਵੱਡਾ ਧੰਨਵਾਦ ਹੈ ਔਰ ਨਾਲ ਰਿਸ਼ੀ ਸਾਡਾ ਵੀਰ ਹੈ ਨਵੀ ਰਿਸ਼ੀ ਟਾਕਲਾ ਮਾਇਕ ਤੇ ਸ਼ੇਰ ਦੇ ਘਾਣੇ ਵੀਰ ਹੈ ਸਵਾਦ ਵੱਖਰਾ ਰੂਹ ਨਾਲ ਕਦੇ ਨਾ ਨਮਾਉਣ ਚਾਚੀ ਆ ਮਾਲਕ ਮਰਬਿਆਂ ਦੇ ਖੇਤੀ ਛੱਡ ਕੇ ਯੂਰੀਏ ਦੇ ਗੱਤੂ ਚ ਲਿਆਉਣ ਪਾਥੀਆਂ ਵੀ ਕਾਸ਼ ਕੁੱਟ ਹੋ ਗਿਆ ਇਹ ਬੇਟ ਏਰੀਆ ਸਤਲੁਜ ਕੰਢਾ ਉੱਡਦਾ ਮਲੇਰੀਆ ਵੀ ਸੀਪ ਤੇ ਪੁਰਾਣ ਵਾਲੇ ਕਦੇ ਬੇਰ ਨਹੀਂ ਹੁੰਦੇ ਵੀ
ਨਾਮੇ ਪਰ ਸ਼ਬਦ ਦੇ ਨਿਸ਼ਾਨ ਜਿੱਤਦੇ ਨਵੀਂ ਦੇ ਚੱਲੇ ਹਜ਼ਾਰ ਜਿੱਤਦੇ ਦਰੂਆਂ ਦੇ ਨਾਨਕੇ ਲਹਾਰ ਨਹੀਂ ਹੁੰਦੇ ਕਦੇ ਜੰਗ ਤੇ ਨਵੀਂ ਕਲਮ ਲਿਖਦੀ ਹੈ ਕਿ ਮੁੰਡੇ ਪੁਰਾਣ ਵਾਲੇ ਹੈ ਇਹ ਜੰਗ ਤੇ ਲੋਕ ਪਿੰਡ ਦੇ ਹੈ ਵੀ ਯਾਦਗਾਰ ਵੀ ਸਾਂਭ ਕੇ ਰੱਖ ਲੈ ਫੋਟੋ ਕਹਿਣਾ ਵੀ ਵਕਤ ਵੀ ਪਿਆ ਸ਼ੀਸ਼ੇ ਕਦੇ ਵਿਖਾਉਂਦੇ ਨਹੀਂ ਹੁੰਦੇ ਵੀ ਵਕਤ ਵੀ ਪਿਆ ਸ਼ੀਸ਼ੇ ਕਦੇ ਵਿਖਾਉਂਦੇ ਨਹੀਂ ਹੁੰਦੇ ਹਾਜੀ ਕਰੋ ਨੋਟ ਕਹਿੰਦੇ ਅਨਮੋਲ ਹੱਬੜਾ ਵੱਲੋਂ ਕਹਿੰਦੇ ਟੀਵੀ ਦੇ ਦੋ ਛੱਕਿਆਂ ਤੇ 500 ਦਿੱਤਾ ਜਾਣਾ ਪਰ ਵੇਖਾਂਗੇ ਉਹ ਜਿਹੜਾ ਸਮਾਪਤ ਹੈ ਇਹਨੇ ਜਿਹੜੀ ਸਮਾਪਤ ਹੈ ਗੱਗੀਆ ਮੰਦਰਾਂ ਵਾਲਾ ਵੀ ਸਾਡਾ ਔਰ ਲੈਮਨ ਰੁਪਿਆ ਅੱਗੇ ਕਾਰਤ ਗੋਲ ਸੰਗਰੂਰ ਦੇ ਉੱਪਰ ਅਪਡੇਟ ਕੀਤੀ ਜਾ ਰਹੀ ਹੈ ਕਿੰਨੇ ਬਣ ਗਏ ਜੀ 76 ਬਣੇ 76 76 ਬਣ ਗਏ 77 ਦਾ ਟਾਰਗੇਟ ਹੈ 76 ਬਣ ਗਏ 77 ਦਾ ਟਾਰਗੇਟ ਹੈ 70 ਤੋਂ ਵੀ 80 ਰਨਾਂ ਦੀ ਜਿਹੜੀ ਆਪਾਂ ਤੇ ਐਵਰੇਜ ਸਕੋਰ ਕਹਿ ਸਕਦੇ ਹਾਂ 70 ਤੋਂ 80 ਸਕੋਰ ਆਹ ਪਿੱਚ ਤੇ ਨਾਰਮਲ ਬਣ ਜਾਂਦੇ ਕਿਉਂਕਿ ਜੋਨੀ ਉਹਨਾਂ ਦੀ ਤਿਆਰ ਕੀਤੀ ਪਿੱਚ ਹੈ ਮੂਰਖਰ ਵੇਟ ਬਲ ਦੀ ਜਿਹੜੀ ਕਹਿੰਦੇ ਤਿਆਰ ਕੀਤੀ ਹੋਈ ਪਿੱਚ ਆ ਮੇਰੀ ਵੀ ਹੈ ਔਰ 77 ਵਾਲਾ ਵੀ ਟਾਰਗੇਟ ਹੈ ਜਗਰਾਓ ਤੇ ਨੂਰਪੁਰ ਵੇਟ ਆਈ ਐਮ ਆਈ ਦੀਆਂ ਟੀਮਾਂ ਦੇ ਟਾਸਕ ਲਾ ਲੈਣਗੀਆਂ ਨੂਰਪੁਰ ਵੇਟ ਤੇ ਜਗਰਾਓ ਮੇਰੀ ਬੇਨਤੀ ਦੋਨੇ ਟੀਮਾਂ ਦੇ ਕਪਤਾਨ ਆ ਜਾਣਗੇ ਬਈ ਵਾਹ ਇੱਕ ਪਾਸੇ ਖੇਡੂ ਕਹਿੰਦੇ ਧੰਨਾ ਔਰ ਗੱਲਾਂ ਹੋ ਗਈਆਂ ਤੇ ਦੂਜੇ ਪਾਸੇ ਮੈਨੂੰ ਲੱਗਦਾ ਵੀ ਆ ਦੋਨੋਂ ਨੇ ਕਿਹੜਾ ਸੱਪ ਕੱਢਣਾ ਸੋਸਾ ਵਾਲਾ ਕਹਿੰਦੇ ਝੂਟੇ ਕੁੱਟ ਖੇਡੀ ਜਾਂ ਮਿਲਦੀ ਹੈ ਗੱਲਾਂ ਕਹਿੰਦੇ ਬਹੁਤ ਵਧੀਆ ਤਲਵਿੰਦਰ ਦੀ ਹੈ ਇੱਕ ਪਾਸੇ ਕਹਿੰਦੇ ਨੂਰਪੁਰ ਵੇਟ ਦੇ ਵਿੱਚ ਸੋਸਾ ਵਾਲਾ ਕਹਿੰਦੇ ਤਲਵਿੰਦਰ ਖੇਡੀ ਹੈ ਦੂਜੇ ਪਾਸੇ ਧੰਨਾ ਲੁਧਿਆਣਾ ਪਰ ਜਗਰਾਓ ਬੰਦੀ ਦੇ ਲਈ ਜੱਸੂ ਕਹਿੰਦੇ ਲੰਮੇ ਜੱਟਪੁਰੇ ਵਾਲਾ ਥੋੜਾ ਕਹਿੰਦੇ ਬਾਹਰੋਂ ਖੇਡੇਗਾ ਤੇ ਮੇਰੀ ਬੇਨਤੀ ਹੈ ਵੀ ਜਗਰਾਓ ਤੇ ਨੂਰਪੁਰ ਵੇਟ ਲੈ ਵੀ ਦੋਨੇ ਟੀਮਾਂ ਦੇ ਕਪਤਾਨ ਆਉਣਗੇ ਰਵੀ ਨੂਰਪੁਰ ਵੇਟ ਦਾ ਨਾਮ ਬਹੁਤ ਵੱਡਾ ਹੈ ਕ੍ਰਿਕਟ ਦੀ ਦੁਨੀਆ ਵਿੱਚ ਔਰ ਦੀਪਾ ਵੀ ਆਇਆ ਭਰਾ ਸਾਡਾ ਕਹਿੰਦੇ ਕਲੋਜ ਫਾਈਟਰਾਂ ਦੇ ਬੈਟ ਬੜੇ ਪ੍ਰਸਿੱਧ ਨੇ ਤੇ ਕਲੋਜ ਫਾਈਟਰ ਦੇ ਬੈਟਾਂ ਦਾ ਸੀਓ ਆਇਆ ਹੋਇਆ ਹੈਂਡ ਚਰਚੇ ਬਹੁਤ ਵੱਡੇ ਹੈ ਅਗਲੀਆਂ ਟੀਮਾਂ ਦੇ ਲਈ ਵੀ ਕਪਤਾਨ ਟਾਸਕ ਕਰਾ ਲੈਣਗੇ ਮੇਰਾ ਵੀਰ ਫੜਦਾ ਨਵੀਂ 76 ਬਣੇ ਆ 77 ਦਾ ਟਾਰਗੇਟ ਹੈ 76 ਸਕੋਰ ਬਣੇ ਆ ਤੇ 77 ਦਾ ਜਿਹੜਾ ਟਾਰਗੇਟ ਆ ਟੀਮਾਂ ਜਿਹੜੀਆਂ ਖੜ ਜਾਣਗੀਆਂ ਹੰਬੜਾਂ ਦੇ ਵਿੱਚ ਕਹਿੰਦੇ ਗੱਲਾਂ ਚੱਲਦੀਆਂ ਬੇਟ ਏਰੀਏ ਦੀ ਰਾਜਧਾਨੀ ਦੇ ਤੌਰ ਤੇ ਇਸ ਇਲਾਕੇ ਨੂੰ ਜਿਹੜਾ ਜਾਣਿਆ ਜਾਂਦਾ ਹੈ ਅੱਜ ਬੇਟ ਦੀ ਕਹਿੰਦੇ ਰਾਜਧਾਨੀ ਲਵੀ ਰਿਸ਼ੀ ਜਿਹੜਾ ਹੰਬੜਾਂ ਦੇ ਵਿੱਚ ਹੋਣ ਤੋਂ ਲੱਗੀ ਹੈ ਵੀ ਹੰਬੜਾ ਪਿੰਡ ਦੇ ਮੁੰਡੇ ਵੇਖ ਲਓ ਵੀ ਮੁੰਡੇ ਸ਼ੌਂਕ ਪਕਾਉਂਦੇ ਨੇ ਵੀ ਪੈਸਾ ਨਾ ਹੁੰਦੀ ਕਿਰਤ ਕਮਾਈ ਯਾਰੋ ਇਹ ਖੇਡਾਂ ਉੱਤੇ ਲਾਉਂਦੇ ਨੇ ਵੀ ਖਰੇ ਖੋਟੇ ਵੀ ਕਰਕੇ ਇਹਨਾਂ ਨੂੰ ਕਰਦੇ ਨੇ ਗਲ ਤੜਕਾ ਕੇ ਰਾਜੇ ਖੇਲੇ ਸੱਚੇ ਮਿੱਤਰ ਯਾਰੋ ਮੇਜੇ ਜੱਫੀਆਂ ਪਾ ਕੇ ਵੀ ਰਾਜੇ ਖੇਲੇ ਸੱਚੇ ਮਿੱਤਰ ਮੇਜੇ ਜੱਫੀਆਂ ਪਾ ਕੇ ਉਹ ਕਹਿੰਦੇ ਹੰਬੜਾਂ ਮੇਰੀ ਗੱਲ ਚੱਲਦੀ ਹੈ ਹਾਂਜੀ ਕਹਿੰਦੇ ਸਭ ਤੋਂ ਪਹਿਲਾਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਨੂਰਪੁਰ ਮੇਟ ਜੋਨੀ ਭਾਜੀ ਦਾ ਜਿਨ੍ਹਾਂ ਦਾ ਕਹਿੰਦੇ ਬਹੁਤ ਵੱਡਾ ਕਹਿੰਦੇ ਧੰਨਵਾਦ ਹੈ ਇਸ ਟੂਰਨਾਮੈਂਟ ਨੂੰ ਕਰਾਉਣ ਦਾ ਤੇ ਉੱਥੇ ਸਾਡਾ ਵੀਰ ਦੀਪਕ ਮੱਲਣ ਪਰਨ ਹੰਬੜਾ ਮੁੰਡਾ ਤੇ ਬਹੁਤ ਹੀ ਸਾਡੇ ਖਾਸ ਵੀਰ ਸਾਡੇ ਉਹਨਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰ ਰਹੇ ਹਾਂ ਬਹੁਤ ਬੜਾ ਧੰਨਵਾਦ ਨਾਲਕ ਜਮਨ ਕਾਰਜ ਵਰਗੇ ਭਰਾ ਨੇ ਸਾਡੇ ਮੰਗੇ ਵਰਗੇ ਪਰਮਜੀਤ ਵਰਗੇ ਨਾਲ ਕਹਿੰਦੇ ਪੱਟੀ ਵਾਲਾ ਸੋਨੀ ਨਾਲ ਚਾਚਾ ਵੀ ਕਹਿੰਦੇ ਹੋ ਤੁਸੀਂ ਜੋਨੀ ਕਹਿੰਦੇ ਨੂਰਪੁਰ ਵੇਟ ਵਾਲਾ ਹੈ ਐਨ ਉਸਤਾਦਾ ਵਰਗਾ ਵੀਰ ਆ ਸਾਡਾ ਜਿੱਥੇ ਕਹਿੰਦੇ ਤਿਆਰ ਕੀਤੀ ਹੋਈ ਪਿੱਚ ਹੈ ਆਹ ਇਲਾਕੇ ਨੇ ਵੀ ਵੱਡੇ ਵੱਡੇ ਸਟਾਰ ਖਿਡਾਰੀ ਪੈਦਾ ਕਰਕੇ ਦਿੱਤੇ ਹੈ ਜਿੱਥੇ ਫੁੱਟਬਾਲ ਦਾ ਨਾਂ ਵੱਡਾ ਹੈ ਕ੍ਰਿਕਟ ਦੇ ਵਿੱਚ ਕਹਿੰਦੇ ਨਾਂ ਵੱਡੇ ਹੈ ਔਰ ਮਨਜੀਤ ਵਰਗੇ ਕਹਿੰਦੇ ਯਾਰ ਨੇ ਕੋਚ ਸਾਡੇ ਜਿਨ੍ਹਾਂ ਦੇ ਕਹਿੰਦੇ ਫੁੱਟਬਾਲ ਦੀਆਂ ਟੀਮਾਂ ਵਿੱਚ ਵੀ ਵੱਡੇ ਕਹਿੰਦੇ ਨਾਮ ਆਉਂਦੇ ਹੈ ਤੇ ਅੱਜ ਕਹਿੰਦੇ ਕ੍ਰਿਕਟ ਜਗਤ ਦਾ ਗੁਲਾਬ ਖਿਡਾਇਆ ਹੈ ਬੈਟ ਸ਼ੁਰੂ ਕਰਾਈਏ ਜੀ ਇੱਕ ਪਾਸੇ ਅਜਾਲੀ ਖੁਰਦ ਵਾਲੇ ਮੁੰਡੇ ਨੌ ਸਟ੍ਰਾਈਕ ਦਾ ਪਲੇਅਰ ਕਿਉਂ ਨਹੀਂ ਆ ਰਿਹਾ ਕਿਉਂਕਿ ਨੌ ਸਟ੍ਰਾਈਕ ਦੇ ਪ੍ਰਦੀਪ ਪਹੁੰਚੀ ਜਲਦੀ ਨਾਲ ਇੱਕ ਪਾਸੇ ਵੇਖਾਂਗੇ ਬੱਲੋ ਕਿਹਦਾ ਦੀਵਾਨ ਆਇਆ ਹੋਇਆ ਹੈ ਸਾਡੀ ਖੇਡ ਕ੍ਰਿਕਟ ਵਾਲਾ ਵੀ ਜਾਦੂਗਰ ਆਇਆ ਹੋਇਆ ਹੈ ਜਿਹੜੇ ਮੁੰਡੇ ਔਰ ਇੱਕ ਜਾਮਾ ਮੋਟਰਸਾਈਕਲ ਜਿੱਤਿਆ ਹੋਇਆ ਹੈ ਜਿਹੜੇ ਮੁੰਡੇ ਇੱਕ ਜਾਮਾ ਮੋਟਰਸਾਈਕਲ ਮਿਲ ਗਿਆ ਖੇਤ ਕੇ ਕਹਿੰਦੇ ਦੁਨੀਆ ਭਰ ਵਿੱਚ ਬੱਲੇ ਬੱਲੇ ਕਰਵਾਈ ਹੋਈ ਹੈ ਦੂਜੇ ਪਾਸੇ ਝਾਤ ਮਾਰੀਏ ਲੱਸੀ ਆਇਆ ਹੋਇਆ ਕਹਿੰਦੇ ਦਹਿਲੀਗ ਪਿੰਡ ਵਾਲਾ ਯਾਨੀ ਖਾਨ ਦੇ ਲਈ ਚਰਚੇ ਬਹੁਤ ਵੱਡੇ ਹੈ ਇੱਕ ਪਾਸੇ ਕਹਿੰਦੇ ਲੋਹ ਬੱਦੀ ਦਾ ਅਰਸ਼ ਖੇਡਦਾ ਹੈ ਇੱਕ ਪਾਸੇ ਕਹਿੰਦੇ ਮਾਨਕੀ ਵਾਲਾ ਰਿੰਕੂ ਆਇਆ ਹੋਇਆ ਹੈ ਐਨ ਮੁੰਡਾ ਆਣ ਕੇ ਆਇਆ ਹੋਇਆ ਹੈ ਝੋਨੇ ਦਾ ਵੀ ਨਵੀਂ ਸੀਜ਼ਨ ਚੱਲਦਾ ਹੈ ਤੇ ਜਿਹੜੇ ਐਨ ਕੰਮ ਛੱਡ ਕੇ ਵੀਰ ਸਾਡਾ ਚੱਲ ਕੇ ਆਇਆ ਇਹਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨੂੰ ਲੈ ਕੇ ਆਉਣਾ ਬਹੁਤ ਔਖਾ ਹੈ ਇਹਨੂੰ ਅੱਜ ਦੇ ਟਾਈਮ ਵਿੱਚ ਗਰਾਊਂਡਾਂ ਤੱਕ ਲੈ ਕੇ ਆਉਣਾ ਬਹੁਤ ਔਖਾ ਹੈ ਮਾਨਕੀ ਵਾਲਾ ਕਹਿੰਦੇ ਰਿੰਕੂ ਵੀ ਆਇਆ ਹੋਇਆ ਅਸੀਂ ਵੀਰੇ ਪਹਿਲੇ ਆਉਣ ਦੀ ਸ਼ੁਰੂਆਤ ਕਰ ਲਈ ਵੇਟ ਬੱਦੀ ਵਾਲਾ ਅਰਸ਼ ਦੁਨੀਆ ਟੈਟੂ ਕਹਿੰਦੇ ਕਹਿੰਦੀਆਂ ਮੁੰਡੇ ਨੂੰ ਪਹਿਲੀ ਵਾਰ ਪਾਉਣ ਲਈ ਤਿਆਰ ਹੈ ਤੇ ਸਾਹਮਣੇ ਬੱਲੋ ਕਹਿੰਦਾ ਜਵਾਨ
ਦੁਨੀਆ ਪੰਜਾਬੀ ਫਿਰ ਕਹਿੰਦੀ ਆ ਮੁੰਡੇ ਨੂੰ ਪਰ ਮੁੰਡੇ ਪਹਿਲੀ ਬਾਲ ਦੇ ਉੱਪਰ ਸਿੰਗਲ ਸਕੋਰ ਦੇ ਸਾਹਮਣੇ ਤੇਰੇ ਵੀ ਜ਼ੋਰ ਵੱਧੇ ਆ ਔਰ ਇੱਕ ਸਕੋਰ ਦੇ ਸਾਹਮਣੇ ਇਹ ਆਲੀ ਖੁਰਦ ਦੀ ਟੀਮ ਦੇ ਜਿਹੜੇ ਹੋ ਚੁੱਕੇ ਆ ਅੱਜ ਕਹਿੰਦੇ ਦੂਜੀ ਬਾਲ ਦੀ ਕਹਿੰਦੇ ਫੇਰ ਖਿਡਾਰੀ ਕਹਿੰਦੇ ਤਿਆਰ ਵਰ ਤਿਆਰ ਹੈ ਵਾਓ ਅਰਸ਼ ਕਹਿੰਦੇ ਲੋਡ ਮਦੀਰਾ ਰਾਏਕੋਟ ਤੋਂ ਜਿਹੜੀ ਮਲੇਰਕੋਟ ਦੇ ਏਰੀਏ ਪੈ ਜਾਂਦਾ ਜਿਹੜੇ ਮੁੰਡੇ ਨੂੰ ਬਾਲ ਪਾ ਰਿਹਾ ਪਿਆਂਤ ਹੁਣ ਦੇ ਪਿੰਡਾਂ ਦਾ ਪਰ ਆਹ ਮੁੰਡਾ ਕਹਿੰਦੇ ਪ੍ਰਦੀਪ ਹੈ ਆਹ ਕਹਿੰਦੇ ਜਿਮ ਦਾ ਕੋਚ ਵੀ ਹੈ ਜਿਹੜਾ ਮੁੰਡਾ ਕਹਿੰਦੇ ਸਾਹਮਣੇ ਬੱਲੇਬਾਜ਼ੀ ਕਰ ਰਿਹਾ ਹੈ ਵੀ ਜਿਮ ਸ਼ਿਮ ਲਾਉਂਦਾ ਮੁੰਡਾ ਬੱਕਰੇ ਬੁਲਾਉਂਦਾ ਮੁੰਡਾ ਏਰੀਏ ਦੇ ਵਿੱਚ ਸਰਦਾਰੀ ਵੀ ਮੁੱਛ ਜੀ ਚੜਾ ਕੇ ਰੱਖੇ ਪੁੱਕ ਜੀ ਬਣਾ ਕੇ ਰੱਖੇ ਬੱਲੀਆਂ ਦੇ ਨਾਲ ਪੱਕੀ ਯਾਰੀ ਤੂੰ ਮੋਫਰ ਦੱਸਦੀ ਹੈ ਜੱਟ ਛੋਲ ਰਿਹਾ ਮੁਟਿਆਰੇ ਵੀ ਤੀਤਾ ਕੱਲੇ ਦੋ ਤੋੜ ਵੀ ਮੁੰਡਾ ਅੰਦਰ ਤੋੜਦਾ ਤਾਰੇ ਵੀ ਤੀਤਾ ਕੱਲੇ ਦੋ ਤੋੜ ਵੀ ਪਰ ਇੱਧਰਲੇ ਪਾਸੇ ਲੋਟ ਬੱਦੀ ਵਾਲਾ ਅਰਸ਼ ਹੈ ਦੁਨੀਆ ਟੈਟੂ ਕਹਿੰਦੇ ਕਹਿੰਦੀ ਹੈ ਮੇਰੇ ਵੀਰੋ ਐਨ ਬੇਅੰਤ ਉਹਨਾਂ ਦਾ ਕਹਿੰਦੇ ਨਾਂ ਵੱਡਾ ਰਿਹਾ ਕ੍ਰਿਕਟ ਜਗਤ ਦੇ ਵਿੱਚ ਕਦੇ ਇੰਦਰਜੀਤ ਕਹਿੰਦੇ ਕਲਸੀ ਵਾਲਾ ਔਰ ਕਬੱਡੀ ਦੇ ਵਿੱਚ ਕਹਿੰਦੇ ਤਹਿਲਕਾ ਮਚਾ ਮਿਲ ਰਿਹਾ ਵੱਡੇ ਵੱਡੇ ਖਿਡਾਰੀ ਕਹਿੰਦੇ ਪੈਦਾ ਹੋਏ ਆ ਉਸ ਇਲਾਕੇ ਵਿੱਚ ਵੀ ਔਰ ਵੇਖਾਂਗੇ ਸਾਹਮਣੇ ਬਾਈ ਜੀ ਜੋਰਾਵਾਂ ਮੰਡੀ ਤੇ ਨੂਰਪੁਰ ਬੇਟ ਦੋਵੇਂ ਟੀਮਾਂ ਟਾਸ ਕਰਾਉਣਗੀਆਂ ਇਸੇ ਇਨਿੰਗ ਦੇ ਵਿੱਚ ਜਿਹੜੀ ਟੀਮ ਪਹਿਲਾਂ ਆ ਗਈ ਟਾਸ ਹੋਵੇਗੀ ਜਿਹੜੀ ਟੀਮ ਇਸ ਇਨਿੰਗ ਤੋਂ ਬਾਹਰ ਆਊਗੀ ਤੇ ਦੂਜੀ ਟੀਮ ਜੀ ਪਹਿਲਾਂ ਆਊਗੀ ਉਹਨੇ ਤਾਂ ਟਾਸ ਜਿੱਤੂ ਦੇ ਦੇਣਾ ਵੀ ਵਕਤ ਮੈਂ ਕਹਿੰਦੇ ਭਾਜੀ ਖੇਡਣਗੇ ਔਰ ਗੱਲਾਂ ਕਹਿੰਦੇ ਬਹੁਤ ਵਧੀਆ ਲੱਗਣਗੀਆਂ ਨਾਲ ਕਹਿੰਦੇ ਸਾਡੀ ਖੇਡ ਕ੍ਰਿਕਟ ਦਾ ਝੋਟੇ ਕੁੱਟ ਕਹਿੰਦੀ ਹੈ ਦੁਨੀਆ ਔਰ ਤਲਵਿੰਦਰ ਕਹਿੰਦੇ ਸੋਸ਼ਲ ਪਿੰਡ ਦਾ ਖੇਡੂਗਾ ਬਹੁਤ ਵੱਡਾ ਨਾਮ ਆ ਕ੍ਰਿਕਟ ਦੀ ਦੁਨੀਆ ਵਿੱਚ ਦੁਨੀਆ ਪਿਆਰ ਕਰਦੀ ਹੈ ਲਵੇ ਇਹਨਾਂ ਨੂੰ ਦੁਨੀਆ ਪਿਆਰ ਕਰਦੀ ਹੈ ਤੇ ਨੂਰਪੁਰ ਗੇਟ ਦੇ ਰਵੀ ਨੇ ਖੇਡਣਾ ਔਰ ਕੋਰ ਫਾਈਟਰ ਦੀ ਗੱਲਾਂ ਹੋਈਆਂ ਪਰ ਇੱਧਰਲੇ ਪਾਸੇ ਆਓ ਵੇਖਾਂਗੇ ਪ੍ਰਦੀਪ ਥੋੜਾ ਲਵੀ ਰਿਸ਼ੀ ਆਊਟ ਹੋ ਕੇ ਵਾਪਸ ਆਏ ਔਰ ਜਿਹੜਾ ਪ੍ਰਦੀਪ ਆਊਟ ਹੋ ਕੇ ਵਾਪਸ ਆ ਮੁੰਡਾ ਜਿਹੜਾ ਸਾਹਮਣੇ ਆਇਆ ਵੇਖ ਲਾ ਸਾਹਮਣੇ ਆ ਵੀ ਮੁੰਡਾ ਕਹਿੰਦੇ ਮਲੇਰਕੋਟ ਮੇਰੇ ਇਲਾਕੇ ਵਿੱਚ ਚੱਲ ਕੇ ਆਇਆ ਇਹਦਾ ਪਿੰਡ ਕਹਿੰਦੇ ਜਿਹੜਾ ਦਹਿਲੀਜ਼ ਪੈ ਜਾਂਦਾ ਇਹ ਕਹਿੰਦੇ ਲੱਸੀ ਆ ਸਾਡੀ ਖੇਡ ਕੇ ਖੇਡਦਾ ਜਾਂ ਵੀ ਵਿਖਾਉਣ ਮਾਪਿਆਂ ਦਾ ਲਓ ਸਾਹਮਣੇ ਕਰ ਲਈ ਮੁੰਡਾ ਕਹਿੰਦੇ ਦਹਿਲੀਜ਼ ਔਰ ਦਹਿਲੀਜ਼ ਪਿੰਡ ਦਾ ਲੱਸੀ ਆ ਗਿਆ ਮੇਰੀ ਹਾਂਜੀ ਹਾਂਜੀ ਕਹਿੰਦੇ ਸਾਹਮਣੇ ਕਹਿੰਦੇ ਲੱਸੀ ਆ ਗਿਆ ਦਹਿਲੀਜ਼ ਪਿੰਡ ਵਾਲਾ ਆ ਸਾਹਮਣੇ ਕੀਤੀ ਹੋਈ ਬਾਲ ਤੇ ਦੇਖਾਂਗੇ ਕਿ ਬਹੁਤ ਸੋਹਣਾ ਖੇਡਿਆ ਗਿਆ ਸ਼ਾਟ ਤੇ ਰਨ ਤਾੜੀਆਂ ਮਾਰੋ ਮੋੜ ਦੇ ਮੁੰਡੇ ਨੇ ਵੇਖੋ ਪਹਿਲੀ ਬਾਲ ਦੇ ਉੱਪਰ ਆਓ ਜਿਹੜਾ ਦਹਿਲੀਜ਼ ਵਾਪਸ ਮੋੜਦਾ ਹੈ ਆਓ ਕਹਿੰਦੇ ਵਾਪਸ ਮੋੜਦਾ ਹੈ ਮੁੰਡਾ ਕਹਿੰਦੇ ਵਾਪਸ ਮੋੜਦਾ ਵੀ ਕਪਿਲ ਵੀਰ ਸਾਡਾ ਵਿਸ਼ੇਸ਼ ਤੌਰ ਤੇ ਆਇਆ ਸੀ ਬਹੁਤ ਬੜਾ ਧੰਨਵਾਦ ਕਰਦੇ ਹਾਂ ਸਾਡੇ ਵੀਰ ਦਾ ਮੋਸਟ ਵੈਲਕਮ ਕਰਦੇ ਹਾਂ ਕਪਿਲ ਭਰਾ ਸਾਡਾ ਕਹਿੰਦੇ ਚੱਲ ਕੇ ਆਇਆ ਭਰਾ ਦਾ ਨਵੀਂ ਬਹੁਤ ਬੜਾ ਜਿਹੜਾ ਕਹਿੰਦੇ ਧੰਨਵਾਦ ਹੈ ਔਰ ਸੋਨਾ ਮਰ ਦੇ ਨਾਲ ਯਾਰਾਂ ਦੇ ਯਾਰ ਜਿਹੜੇ ਪੂਰੇ ਆ ਰਹੇ ਹੈ ਮੰਗੇ ਵਰਗੇ ਪਰਮਦੀਪ ਵਰਗੇ ਔਰ ਅਮਰ ਵਰਗੇ ਭਰਾ ਨੇ ਸਾਡੇ ਇਹਨਾਂ ਦਾ ਵੀ ਬਹੁਤ ਬੜਾ ਧੰਨਵਾਦ ਭੱਟੀਆਂ ਵਾਲਾ ਵੀ ਸੋਨੀ ਭਰਾ ਸਾਡਾ ਬਹੁਤ ਬੜਾ ਕਹਿੰਦੇ ਧੰਨਵਾਦ ਹੈ ਯਾਰੀ ਆ ਦੀਪਕ ਮੱਲਣ ਦੇ ਨਾਲ ਵੀ ਸਾਨੂੰ ਫਕਰ ਦੋਸਤਾਂ ਤੇ ਤਾਂ ਹੋਰ ਯਾਰੀ ਦੇ ਚਰਚੇ ਵੀ ਰਾਜੇ ਖੇਲੇ ਸੋ ਰੱਬ ਵੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਅਗਲਾ ਖਿਡਾਰੀ ਜਿਹੜਾ ਬੱਲੇਬਾਜ਼ੀ ਕਰਨ ਆਇਆ ਲਵੀ ਵਧੀਆ ਨਾਮ ਮੁੰਡੇ ਦਾ ਔਰ ਪਿਆਰ ਨਾਲ ਜਿਵੇਂ ਡੱਬੂ ਡੱਬੂ ਕਹਿੰਦੀ ਹੈ ਇੱਥੇ ਵੀ ਸਮਾਪਕ ਆ ਲਵੀ ਕਿੰਨੇ ਬਣ ਗਏ ਸੱਤ ਰਨਾਂ ਤੇ ਦੋ ਵੱਡੀਆਂ ਵਿਕਟਾਂ ਪ੍ਰਾਪਤ ਕੀਤੀਆਂ ਵਾਹ ਆਏ ਅਰਸ਼ ਬੰਦਾ ਕਹਿੰਦਾ ਬੱਲੇ ਬੱਲੇ ਕਰਾ ਗਿਆ ਵੀ ਫਰਸ਼ ਵਰਸ਼ ਤੇ ਜਾ ਦੇਵੇ ਜੋ ਮੇਰ ਕਰੇ ਮੇਰਾ ਸਹੀ ਹੈ ਵੀ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਵੀ ਮਿਲਦੀਆਂ ਰਹਿਣ ਵਧਾਈਆਂ ਵੀ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਜਿਹੜਾ ਮੁੰਡਾ ਅਗਲਾ ਵਾਰ ਪਾਉਣ ਲਈ ਤਿਆਰ ਵਰ ਤਿਆਰ ਹੈ ਆਹ ਮੁੰਡਾ ਬਾਕੀ ਸਮਾਂ ਲਵੀ ਕਚਹਿਰੀਆਂ ਚ ਮਿਲਦਾ ਔਰ ਇਹ ਮੁੰਡਾ ਐਡਵੋਕੇਟ ਲੱਗਿਆ ਹੋਇਆ ਹੈ ਜਿਹੜਾ ਮੁੰਡਾ ਬਾਲ ਪਾਉਣ ਲਈ ਤਿਆਰ ਹੈ ਰੋਹਿਤ ਚੰਡੀਗੜ੍ਹ ਜਿੱਤ ਗਿਆ ਮੇਰੇ ਕੱਲ ਔਰ ਦੇਖਾਂਗੇ ਅਗਲੇ ਬੋਲ ਦੀ ਸ਼ੁਰੂਆਤ ਕਰ ਲਈ ਲਈ ਤਲਵਿੰਦਰਾ ਜੀਤਾ ਆ ਗਿਆ ਜਿਹੜਾ ਮੁੰਡਾ ਹੋਰ ਓਵਰ ਪਾਵੇਗਾ ਦੂਜੀ ਫਿਰ ਉਹ ਨਾਂ ਹੈ ਆਹ ਮੁੰਡੇ ਦੇ ਉੱਪਰ ਇਹ ਮੁੰਡਾ ਕਹਿੰਦੇ ਵੱਡੇ ਵੱਡੇ ਥੰਮ ਰੋਕਣ ਦਾ ਕੰਮ ਰੱਖਦਾ ਹੈ ਪਰ ਬੱਲੇ ਕਿਹੜਾ ਦਿਵਾਨ ਦਿੰਦੇ ਜਾਦੂ ਫਿਰ ਕਹਿੰਦੀ ਹੈ ਇੱਕ ਜਾਮੇ ਦਾ ਜੇਤੂ ਹੈ ਕਹਿੰਦੀ ਹਾਂ ਬੱਲੇ 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 ਵੀ ਆ ਜਾਂਦੀ ਹੈ ਚਾਰ ਕੱਟਣ ਨੂੰ ਸੜਕ ਸੋਹਣਿਆਂ ਦੇ ਵੀ ਪੈਂਦਾ ਪੈਂਦਾ ਪੈ ਜਾਂਦਾ ਹੈ ਸੜਕ ਸੋਹਣਿਆਂ ਦੇ ਵੀ ਪੈਂਦਾ ਪੈਂਦਾ ਪੈ ਜਾਂਦਾ ਹੈ ਫਰਕ ਸੋਹਣਿਆਂ ਦੇ ਹਾਂਜੀ ਕਹਿੰਦੇ ਵਿਕਟ ਦਾ ਪਤਾ ਨਾ ਦੀਵਾਨ ਵੱਲੋਂ ਕਹਿੰਦੇ ਆਊਟ ਹੋ ਕੇ ਸਾਹਮਣੇ ਬੋਪਾ ਰਾਏ ਚਿਰਾਗ ਬੋਪਾ ਰਾਏ ਪਰਿਵਾਰ ਦਾ ਰਵੀ ਚਿਰਾਗ ਆ ਮੁੰਡਾ ਮਨੀ ਆ ਗਿਆ ਜਿਹੜਾ ਖਿਡਾਰੀ ਕਹਿੰਦੇ ਸਾਹਮਣੇ ਕਰ ਲਈ ਤਿਆਰ ਵਰ ਤਿਆਰ ਹੈ
ਵੀ ਘਗਰੀ ਪਾਈ ਨਾ ਜੇ ਮਾੜੇ ਸਮੇਂ ਦੇ ਫਾਇਦਾ ਕੀ ਆ ਦੁਨੀਆਂ ਤੇ ਆਏ ਦਾ ਵੀ ਲਿਟਣ ਦੇ ਲਾਈ ਨਾ ਮੈਂ ਮਾੜੀ ਤਕਦੀਰ ਕਹਿੰਦਾ ਮਾਣ ਮੇਰੀ ਮਾਂ ਨੂੰ ਜੰਮੇ ਜਾਏਗਾ ਜਾਨ ਡਾਰਲਿੰਗ ਲੱਗ ਜੂ ਤੇ ਬਚ ਕੇ ਮਣੀ ਸਾਰੀ ਹੀ ਕਤੀਰ ਆ ਡਰਾਮਾ ਕਰਦੀ ਵੀ ਲੱਕ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ ਫੇਰ ਜਾ ਕੇ ਦੁਨੀਆਂ ਸਲਾਮਾ ਕਰਦੀ ਇਹ ਬੇਤਾ ਰਹੇਗਾ ਮਣੀ ਹੈ ਆਏ ਸਾਹਮਣੇ ਮੁੰਡਾ ਕਹਿੰਦੇ ਪਿਆਰ ਦਾ ਪਿਆਰ ਹੈ ਆਪ ਦੇਖਾਂਗੇ ਮਿਸ ਫੇਲ ਪਰ ਬਾਹਰ ਵਾਲੇ ਨੇ ਵੀ ਦੋਨੇ ਬਾਹਰ ਮੁੜ ਚੁੱਕੇ ਹੈ ਬਾਹਰ ਵਾਲੇ ਦੋਨੇ ਬਾਹਰ ਮੁੜ ਚੁੱਕੇ ਹੈ ਇਹ ਗੱਲ ਬਣ ਗਈ ਹੈ ਜਿਵੇਂ ਕੇ ਐਸ ਮੱਖਣ ਕਹਿੰਦਾ ਉਹਨਾਂ ਨੇ ਵੀ ਗੈਰਾਂ ਦੇ ਸਿਰਾਂ ਤੇ ਨਹੀਂ ਹੁੰਦੀ ਆ ਲੜਾਈ ਹੈ ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ ਵੀ ਗੈਰਾਂ ਦੇ ਸਿਰਾਂ ਤੇ ਨਹੀਂ ਹੁੰਦੀ ਆ ਲੜਾਈਆਂ ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ ਹਾਂਜੀ ਖੇਡੀ ਬਹੁਤ ਹੀ ਵਧੀਆ ਬਾਲ ਪਾ ਦਿੱਤੀ ਕਹਿੰਦੇ ਵਕੀਲ ਦੁਆਰਾ ਕਹਿੰਦੇ ਚੱਲ ਰਿਹਾ ਮੈਚ ਸਿਰੇ ਦਾ ਮੈਚ ਹਾਂਜੀ ਕਹਿੰਦੇ ਨੋਟ ਕਰੋ ਕਾਰਜ ਬਾਟ ਵੱਲੋਂ ਕਹਿੰਦੇ ਲਗਾਤਾਰ ਤਿੰਨ ਛੱਕਿਆਂ ਤੇ 500 ਦਿੱਤਾ ਜਾਣਾ ਰਿਵਾ ਉਧਰੋਂ ਦੀਪਕ ਗਿਰੀ ਤੇ ਕੁਲਵਿੰਦਰ ਐਚਡੀ ਆ ਭਰਾ ਸਾਡੇ ਕਹਿੰਦੇ ਵੀ ਇਹ ਡੱਬੂ ਹੋਣੀ ਆ ਮੁੰਡੇ ਦੋਨੇ ਮੈਚ ਜਿਤਾਉਣਗੇ ਤੇ ਰੁਪਈਆ ਵਾਲਾ ਵੀ 1100 ਦਿੱਤਾ ਜਾਵੇਗਾ ਐਨ ਏ ਵਾਲੀ ਫੁੱਟ ਵਾਲੇ ਭਰਾ ਨੇ ਸਾਡੇ ਕੁਲਵਿੰਦਰ ਐਚਡੀ ਹੋਣੀ ਆ ਹੋਇਆ ਹੈ ਬਾਹਰ ਕਹਿੰਦੇ ਦੀਪਕ ਗਿਰੀ ਆ ਹੋਇਆ ਕਹਿੰਦਾ ਜੇ ਅੱਜ ਡੱਬੂ ਮੈਚ ਜਿਤਾਊਗਾ ਤੇ ਰੁਪਈਆ 1100 ਦਿੱਤਾ ਜਾਊਗਾ ਪਰ ਇੱਕ ਤਾਲੀਆਂ ਜੀਤੇ ਲਈ ਮਾਰ ਦੋ ਮੁੰਡੇ ਨੇ ਬੰਦ ਲਾਏ ਹੋਏ ਆ ਉਹ ਬੰਦ ਕਰਕੇ ਰੱਖੇ ਹੋਏ ਆ ਵਾਹ ਇਹ ਮੁੰਡਿਆ ਜੀਤਾ ਬੱਲਾ ਪਾਉਂਦਾ ਹੈ ਵੀ ਜੀਤਾ 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 ਮਾਹੀ ਮੇਰਾ ਨਿੱਕਾ ਰਿਹਾ ਖਿੱਚ ਖਿੱਚ ਕੇ ਬਰੋਬਰ ਕੀਤਾ ਵੀ ਮਾਹੀ ਮੇਰਾ ਨਿੱਕਾ ਰਿਹਾ ਆਹ ਸਾਹਮਣੇ ਜੀਤੇ ਦੀ ਵਾਲ ਪਰ ਇਧਰਲੇ ਪਾਸੇ ਮਨੀ ਬੋਟਾ ਰਾਏ ਤੇਰੀ ਕਰਦਾ ਹੈ ਔਰ ਸੋਹਣੀ ਵਾਲ ਸਕੋਰ ਨੇ ਵੀ 21 ਜੋੜਦਾ ਹੈ ਔਰ ਇੱਕ ਸਕੋਰ ਦੇ ਨਾਲ ਮਿਲਣਾ ਕੋਈ ਦੂਸਰਾ ਵੀਰੇ ਜਿਹੜਾ ਸਮਾਪਤੀ ਵਾਲਾ ਹੈ ਦਸ ਬਾਈ ਇੱਕ ਤਾੜੀਆਂ ਮਾਰੋ ਤਿੰਨ ਸਕੋਰਾਂ ਦੇ ਓਵਰ ਲਾਇਆ ਮੁੰਡੇ ਨੇ ਆਹ ਤਿੰਨ ਰਨਾਂ ਦੇ ਓਵਰ ਲਾਇਆ ਸੱਤ ਸੀ ਪਹਿਲਾਂ ਤੇ 10 ਸਕੋਰ ਨੇ ਵੀ ਹੋ ਗਿਆ ਹੈ ਰਿਸ਼ੀ 10 ਸਕੋਰ ਹੋ ਗਿਆ ਵੀ ਫਿਰ ਹਾਂਜੀ ਕਹਿੰਦੇ ਬੋਰਡ ਦੀ ਸਮਾਪਤੀ ਤੇ ਰਨ 10 ਨੇ ਅੱਜ ਚੱਲ ਰਿਹਾ ਮੈਚ ਬਹੁਤ ਹੀ ਤਗੜਾ ਖੇਡਿਆ ਜਾ ਰਿਹਾ ਅੱਜ ਕਹਿੰਦੇ ਹਮਰੰਗਰ ਕਹਿੰਦੇ ਦੂਜੇ ਦਿਨ ਤੇ ਕਹਿੰਦੇ ਪਹਿਲਾ ਮੈਚ ਖੇਡਿਆ ਜਾ ਰਿਹਾ ਪ੍ਰਦੀਪ ਨਾ ਕਿੱਥੇ ਆ ਰੋਹਿਤ ਚੰਡੀਗੜ੍ਹ ਅਗਲੇ ਮੈਚ ਦੇ ਟੀਮਾਂ ਫਿਰ ਟਾਸ ਕਰਾਉਣਗੀਆਂ ਜਗਰਾਉਣ ਵਾਲੇ ਮੁੰਡੇ ਆਉਣਗੇ ਤੇ ਮੂਰ ਤੇ ਗੇਟ ਸਾਡੇ ਕੋਲ ਆ ਚੁੱਕੀ ਹੈ ਜਿਹੜੀ ਟੀਮ ਪਹਿਲਾਂ ਆਉਂਦੀ ਤੇ ਟਾਸ ਸ਼ਕਤੀ ਦੇਖਣੇ ਨਾ ਵੀ ਦੀਪਕ ਭਾਈ ਜੇ ਆਪਾਂ ਅਗਲੇ ਇਨਿੰਗ ਦੇ ਵਿੱਚ ਡੇਢ ਨਹੀਂ ਕਰਨੀ ਭਰਾ ਕੇ ਨੇ ਹਾਂ ਇਹ ਲਾਸਟ ਕੋਲ ਆ ਜੇ ਨੂਰਪੁਰ ਬੇਟ ਪਹਿਲਾਂ ਗਈ ਨੂਰਪੁਰ ਬੇਟ ਨੂੰ ਟਾਸ ਦਿੱਤੀ ਹੈ ਜੇ ਜੋਰਾਂ ਪਹਿਲਾਂ ਗਈ ਜੋਰਾਂ ਨੂੰ ਟਾਸ ਦਿੱਤੀ ਹੈ ਜੇ ਆ ਇਨਿੰਗ ਦੇ ਚੱਲਦੇ ਚੱਲਦੇ ਮੁੰਡੇ ਆ ਗਏ ਠੀਕ ਹੈ ਨਹੀਂ ਤਾਂ ਫਿਰ ਦੂਜੀ ਟੀਮ ਨੂੰ ਪੈਨਲਟੀ ਵੀ ਲੱਗੂਗੀ ਤੇ ਟਾਸ ਵੀ ਦੂਜੀ ਟੀਮ ਨੂੰ ਦਿੱਤੀ ਜਾਏਗੀ ਜਿਹੜੀ ਪਹਿਲਾਂ ਹੋਈ ਉਹਨੂੰ ਟਾਸ ਜੋ ਕੇ ਦਿੱਤੀ ਜਾਵੇਗੀ ਲਓ ਅਗਲੇ ਫਿਰ ਵੀ ਸ਼ੁਰੂਆਤ ਕਰ ਲਈ ਟੂਟੀ ਆ ਗਿਆ ਜੀ ਮੁੰਡਾ ਜਿਹੜਾ ਤੀਸਰਾ ਫਿਰ ਪਾਣੀ ਤਿਆਰ ਕਰ ਤਿਆਰ ਹੈ ਅੱਜ ਕਹਿੰਦੇ ਕਾਰਜ ਬਾਟ ਵੱਲੋਂ ਕਹਿੰਦੇ ਟੂਟੂ ਦੀਆਂ ਤਿੰਨ ਵਿਕਟਾਂ ਤੇ 500 ਦਿੱਤਾ ਜਾਣਾ ਹੈ ਉਹਦਾ ਗੋਰਾ ਮੈਡੀਕਲ ਵਾਲਾ ਸਾਡਾ ਭਰਾ ਕਹਿੰਦੇ ਚੱਲ ਕੇ ਆਇਆ ਗੋਰਾ ਮੈਡੀਕਲ ਸਟੋਰ ਵਾਲਾ ਫਸਟ ਏਡ ਦੀ ਵੱਡੀ ਕਹਿੰਦੇ ਜਿੰਨੇ ਬੜੇ ਸਾਡੇ ਭਰਾ ਵੀ ਕਹਿੰਦਾ ਵੀ ਸਾਡੇ ਵੱਲੋਂ ਫਸਟ ਏਡ ਦਿੱਤੀ ਜਾਊਗੀ ਗੋਰਾ ਕਹਿੰਦੇ ਮੈਡੀਕਲ ਵਾਲਾ ਭਰਾ ਸਾਡਾ ਬਹੁਤ ਬੜਾ ਭਾਵਲ ਹੈ ਗਾਈਡ ਵਾਲ ਹੋ ਗਈ ਹੈ ਪਰ ਬਿਜਲੀ ਆ ਸਾਹਮਣੇ ਵੇਖਾਂਗੇ ਮੁੰਡਾ ਕਹਿੰਦੇ ਇਹ ਅੱਜ ਵੱਡੀ ਜ਼ਿੰਮੇਵਾਰੀ ਹੈ ਗੋਪੀ ਕਹਿੰਦੇ ਬੈਠਾ ਵਿੱਚ ਕੈਨੇਡਾ ਦੇ ਬ੍ਰੰਪ ਦੇ ਸ਼ਹਿਰ ਦੇ ਵਿੱਚ ਹੈ ਤੇ ਗੱਲਾਂ ਕਹਿੰਦੇ ਬਹੁਤ ਵਧੀਆ ਨੇ ਉਹਨੇ ਕਹਿੰਦੇ ਮੂਰਤੀ ਵਾਲਾ ਵੀ ਪੀਪਾ ਕਿਆ ਦਾ ਆਇਆ ਹੋਇਆ ਅੱਜ ਕਹਿੰਦੇ ਖੇਡਣਗੇ ਧੋਨੀ ਵਰਗੇ ਟੋਨੀ ਵਰਗੇ ਔਰ ਰਵੀ ਵਰਗਾ ਦੇ ਕਹਿੰਦੇ ਹੈਰੀ ਵਰਗਾ ਦੇ ਚਰਚੇ ਹੋਣਗੇ ਤੇ ਲੈ ਵੀ ਦੂਜੇ ਪਾਸੇ ਜਗਰਾਉਂ ਵਾਲੇ ਆ ਨਹੀਂ ਰਹੇ ਬੇਨਤੀ ਹੈ ਸਾਡੀ ਹੁਣ ਆਪਾਂ ਟਾਸ ਜਿੱਤੋਂ ਦੇ ਦੇਣੀ ਹੈ ਮੂਰਤੀ ਬੇਟ ਨੂੰ ਜੇ ਨਾ ਜਗਰਾ ਮਾਰੇ ਜਗਰਾਮਾ ਦੀ ਟੀਮ ਨੂੰ ਕਈ ਵਾਰ ਕਾਲ ਕਰ ਦਿੱਤੇ 2 ਮਿੰਟ ਦਾ ਸਮਾਂ ਤੀਜੇ ਮਿੰਟ ਦੇ ਵਿੱਚ ਆਪਾਂ ਨੂਰਪੁਰ ਬੇਟ ਨੂੰ ਟਾਸ ਜਿੱਤੋਂ ਦੇ ਦੇਣੀ ਹੈ ਬਾਅਦ ਵਿੱਚ ਨਾ ਕਿਉਂ ਸਾਡਾ ਵੀਰ ਕਈ ਵਾਰੀ ਵੀਰੇ ਆਪਾਂ ਜਿਹੜਾ ਕਾਲ ਕਰਕੇ ਜਿਹੜਾ ਦੇਖ ਚੁੱਕੇ ਹਾਂ ਪਰ ਜਗਰਾਮਾ ਵਾਲੇ ਮੁੰਡੇ ਨਹੀਂ ਆਏ ਲਓ ਟੀ2 ਦੀਆਂ ਬਾਲਾਂ ਇਆਲੀ ਖੁਰਦ ਵਾਲਾ ਮਨੀ ਸਾਹਮਣੇ ਹੈ ਪਰ ਉੱਧਰਲੇ ਪਾਸੇ ਅਭੀ ਮੋਰਤਾ ਹੈ ਅਭੀ ਮੋਰਤਾ ਕਿ ਵੱਡੀ ਵਿਕਟ ਦਾ ਪਤਨ ਜਿਹੜਾ ਹੋ ਚੁੱਕੇ ਆ ਥੱਲੇ ਵਾਲੀ ਬੋਲ ਤੇ ਪਿੱਛੇ ਆਈ ਜਾ ਰਿਹਾ ਮੈਂ ਤਾਂ ਹੋ ਸੱਤੀ ਆ ਰਿਹਾ ਹਾਂ ਇਹਦਾ ਬੋਲਚੇ ਕਰ ਲਾ ਸ਼ਰਵਤੀ ਅੱਖੀ ਹੈ ਵੀ ਮੇਰੇ ਦਿਲਦਾਰ ਦੀ ਹੈ ਜੇ ਬੁਗਲੀ ਮੂੰਹ ਨਾਲ ਫੜਦਾ ਦੂਪੇ ਮਾਲਾ ਕਹਿੰਦਾ ਮੇਰੇ ਵੱਲੋਂ 11000 ਹਾਏ ਰੱਬਾ ਇਧਰਲੇ ਪਾਸੇ ਇਹ ਬੱਲੇ 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 ਸਕੋਰ ਜਿਹੜੇ 6 ਦੇ ਬਾਅਦ ਵੀਰੇ ਆਹ 6 ਦੇ ਬਾਅਦ ਰੋਹਿਤ ਹੈ ਗੱਗੂ ਪਤਾ ਲੱਗਿਆ ਪਤੰਗ ਜਿਹਾ ਸਰੀਫਾ ਮੁੰਡੇ ਆ ਆਹ ਮੁੰਡਾ ਥੋੜੇ ਸਮੇਂ ਤੱਕ ਜਿਹੜਾ ਆਰਮੀ ਵਿੱਚ ਲਵੀ ਜਿਹੜਾ ਕਹਿੰਦੇ ਐਨ ਸੇਵਾ ਨੂੰ ਆਉਂਦਾ ਨਜ਼ਰ ਆਵੇਗਾ ਇਹ ਵੀ ਮੁੰਡਾ ਕਹਿੰਦੇ ਅੱਜ ਕੱਲ੍ਹ ਆਰਮੀ ਦੀ ਜਿਹੜਾ ਕਹਿੰਦੇ ਟ੍ਰੇਨਿੰਗ ਕਰ ਰਿਹਾ ਔਰ ਵੇਖਾਂਗੇ ਸਾਹਮਣੇ ਔਰ ਰੋਹਿਤ ਆ ਮੁੰਡਾ ਕਹਿੰਦੇ ਯਾਰੀ ਖੁਰਦ ਵਾਲਾ
लास्ट डे मेरे कल होगा 2 तरीक में कल होना कल अर्श कंबोज कल लास्ट डे मनदीप मल्लन साडा वीर और नाल कपिल गुप्ता भी आए ने इन्हां दा भी जिहड़ा बहुत बहुत धन्यवाद करते हैं साडे भरा साडे विच आए ने मोस्ट वेलकम करते हैं जी इहनां नूं कहिंदे बहुत वड्डा सहयोग है साडे भरावां दा एंड मोढे नाल मोढा ला के लभी दीपक दे नाल खड़े है भी मैनूं माण बड़ा है उन्हां ते थोड़े मोढा जोड़ के नाल खड़े भी सटे चक देणगे नहीं मैं क्या सुख नाल मित्रां दे यार बड़े और जिन्हें सरकार जो भरा ने साडे अभी कले कले भरावे धन्यवाद चल रहे मैच जित गई प्राण पिंड की टीम एक बार ताड़िया मार दो मुंडे लिए जोर दे और बॉलिंग के दम से मुंडे अभी मैच मुंडे जीते रहे हैं बुगली उन्होंने भी बहुत बड़े मुबारक ने धन्यवाद अयाली खोर की टीम का बाली आ जाओ पहला वीरबान नगर मैच टीम मोरपुर बैठ गए दूजे पास जी टीम जगराओ भी होगी दोनों टीम जल्दी नवा खड़ी है